ਅਸਾਂ ਖੁਦਾ ਦੇ ਖਾਦਮ ਤੁਹਾਡੇ ਲੋਕਾਂ ਦੇ ਉੱਤੇ ਨਹੀਂ ਬੈਠੇ ਹੁੰਦੇ। ਇਹ ਗੱਲ ਗੌਰ ਨਾਲ ਸੁਣਿਓ, ਖੁਦਾ ਦਾ ਕੋਈ ਵੀ ਖਾਦਮ, ਭਾਵੇਂ ਮੈਂ ਵਾਂ, ਭਾਵੇਂ ਇਹ ਖਾਦਮ ਨਹੀਂ ਹੈ, ਕੋਈ ਵੀ, ਖੁਦਾ ਉਹਨਾਂ ਨੂੰ ਲੋਕਾਂ ਦਾ ਮੁਹਤਾਜ ਨਹੀਂ ਕਰਦਾ। ਖੁਦਾ ਉਹਨਾਂ ਨੂੰ ਲੋਕਾਂ ਕੋਲ ਇਸ ਲਈ ਭੇਜਦਾ ਕਿ ਲੋਕ ਬਰਕਤ ਪਾਉਣ ਉਹਨਾਂ ਦੇ ਵਸੀਲਾ। ਖੁਦਾ ਇਹਨਾਂ ਨੂੰ ਇਸ ਲਈ ਤੁਹਾਡੇ ਕੋਲ ਭੇਜਦਾ ਕਿ ਤੁਸੀਂ ਬਰਕਤ ਪਾਓ ਇਹਨਾਂ ਦੇ ਵਸੀਲੇ। ਅਗਰ ਤੁਸੀਂ ਇਹਨਾਂ ਲਈ ਕੁਝ ਕਰਦੇ ਹੋ ਤੇ ਖੁਦਾ ਤੁਸੀਂ ਕਿਹਦੇ ਲਈ ਕਰ ਰਹੇ ਹੋ? ਖੁਦਾ ਵਾਸਤੇ ਤੁਸੀਂ ਇਹਨਾਂ ਨੂੰ ਨਹੀਂ ਦੇ ਰਹੇ, ਲੇਕਿਨ ਖੁਦਾ ਇਹਨਾਂ ਨੂੰ ਤੁਹਾਡੇ ਕੋਲ ਇਸ ਲਈ ਭੇਜਦਾ ਤਾਂ ਕਿ ਤੁਸੀਂ ਵੀ ਬਰਕਤ ਪਾਓ, ਤੇ ਜੇ ਤੁਸੀਂ ਬਰਕਤ ਨਹੀਂ ਪਾਣੀ ਤਾਂ ਤੁਸੀਂ ਕੁਝ ਵੀ ਨਾ ਕਰੋ। ਸੋ ਇਸ ਲਈ ਯਸੂ ਨੂੰ ਕਬੂਲ ਕਰੋ ਜਿਹੜਾ ਸਾਡੇ ਦਿਲਾਂ ਨੂੰ ਤਿਆਰ ਕਰਦਾ, ਤੇ ਆਪਣੀ ਥੋੜੀ ਚੀਜ਼ਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਖੁਦਾ ਅੱਗੇ ਪੇਸ਼ ਕਰਨਾ ਸਿੱਖੋ। ਇੱਕ ਦਫ਼ਾ ਯਸੂ ਮਸੀਹ ਮਨਾਦੀ ਕਰ ਰਹੇ ਹੁੰਦੇ ਨੇ ਤੇ ਹਜ਼ਾਰਾਂ ਲੋਕ ਹੁੰਦੇ ਨੇ। ਖੁਦਾਵੰ ਯਸੂ ਆਪਣੇ ਸ਼ਾਗਿਰਦਾਂ ਨੂੰ ਆਉਂਦਾ, ਇਹਨਾਂ ਨੂੰ ਕੁਝ ਖਾਣ ਲਈ ਦਿਓ। ਹੁਣ ਅੱਜ ਇੱਥੇ 5,000 ਲੋਕ ਹੋਣ ਤੇ ਮੈਂ ਭਾਜੀ ਸਾਹਿਬ ਨੂੰ ਕਹਾਂ ਭਾਜੀ ਸਾਹਿਬ ਇਹਨਾਂ ਲਈ ਖਾਣ ਦਾ ਅਰੇਂਜ ਕਰੋ, ਤੇ ਇਹ ਅਗਰ ਕਹਿਣ ਜੀ ਅਸੀਂ ਤੇ ਨਹੀਂ ਕਰ ਸਕਦੇ, ਜਾਂ ਜੂਲੀਅਸ ਸਾਹਿਬ ਕਹੇ ਜੀ ਬੜਾ ਮੁਸ਼ਕਿਲ ਹੈ ਸਾਡੇ ਕੋਲ ਤੇ ਇੰਨੇ ਪੈਸੇ ਹੀ ਨਹੀਂ ਹੈ, ਇਹੋ ਹੀ ਕੰਮ ਉਹਨਾਂ ਨੇ ਕੀਤਾ, ਉਹ ਕਹਿੰਦੇ ਜੀ ਸਾਡੇ ਕੋਲ ਤੇ ਇੰਨੇ ਪੈਸੇ ਹੀ ਨਹੀਂ ਹੈ। ਤੇ ਯਸੂ ਖੁਦਾ ਨੇ ਕਿਹਾ ਇੱਥੇ ਕੀ ਹੈ? ਉਹਨੇ ਕਿਹਾ ਕਿ ਕਿਸੇ ਦੇ ਕੋਲ ਨਾ ਸਿਰਫ 5 ਰੋਟੀਆਂ ਤੇ 2 ਮੱਛਲੀਆਂ ਆ ਗਈਆਂ ਨੇ, ਤੇ ਉਹਨੇ ਕਿਹਾ ਲਿਆਓ। ਤੂੰ ਇੱਕ ਛੋਟੇ ਬੱਚੇ ਕੋਲ ਸੀ, ਅਗਰ ਉਹ 5 ਰੋਟੀਆਂ ਤੇ 2 ਮੱਛਲੀਆਂ ਯਸੂ ਦੇ ਕੋਲ ਨਾ ਲਿਆਂਦੇ ਤੇ ਕਿਆ ਸਾਰੇ ਲੋਕੀ ਖਾ ਸਕਦੇ ਸੀ? ਥੋੜੀ ਚੀਜ਼ ਖੁਦਾ ਦੇ ਕੋਲ ਲਿਆਏ ਤੇ ਖੁਦਾ ਨੇ ਕੀ ਕੀਤਾ? ਉਹਦੇ ਉੱਤੇ ਬਰਕਤ ਦਿੱਤੀ ਤੇ ਕਿੰਨੇ ਲੋਕਾਂ ਨੇ ਖਾਧਾ? 5,000 ਲੋਕਾਂ ਨੇ, 5,000 ਸਿਰਫ ਮਰਦ ਸੀ, ਔਰਤਾਂ ਤੇ ਔਰਤਾਂ ਤੇ ਬੱਚੇ ਅਲੱਗਾ ਸੀ। ਸਿਰਫ 5 ਰੋਟੀਆਂ ਤੇ 2 ਮੱਛੀ, ਕਦੀ ਸੋਚਿਆ 5 ਰੋਟੀਆਂ ਮੇਰੇ ਹਾਲ ਇੱਥੇ ਵੀ ਨਹੀਂ ਪੂਰੀਆਂ ਆਉਣੀਆਂ? ਸੋਚੋ ਇਹ ਕਦੋਂ ਹੁੰਦਾ? ਜਦੋਂ ਅਸੀਂ ਥੋੜ੍ਹੇ ਤੇ, ਅਗਰ ਮੇਰੇ ਕੋਲ 10 ਰੁਪਏ ਵੇ ਤੇ ਮੈਂ ਕਦੀ ਸੋਚਿਆ ਕਿ ਇਹਦੇ 'ਚੋਂ ਮੈਂ ਥੋੜ੍ਹੇ ਜਿਹੇ ਪੈਸੇ ਮੈਂ ਖੁਦਾ ਲਈ ਵੀ ਰੱਖ ਲਵਾਂ? ਮੇਰੇ ਕੋਲ ਥੋੜ੍ਹੇ ਜਿਹੇ ਪੈਸੇ ਨੇ ਕਦੀ ਸੋਚਿਆ ਕਿ ਮੈਂ ਗਿਰਜੇ 'ਚ ਵੀ ਦੇਵਾਂ, ਮੈਂ ਖੁਦਾ ਦੇ ਖਾਦਮ ਲਈ ਵੀ ਕੁਛ ਕਰਾਂ, ਜਾਂ ਮੈਂ ਖੁਦਾਵੰਦ ਯਸੂ ਲਈ ਵੀ ਕੁਛ ਕਰਾਂ? ਜੇ ਤੁਸੀਂ ਥੋੜ੍ਹੇ 'ਚ ਦਿਆਨਤਦਾਰ ਨਹੀਂ ਹੋ ਤਾਂ ਖੁਦਾ ਤੁਹਾਨੂੰ ਕਦੀ ਬਰਕਤ ਨਹੀਂ ਦੇਵੇਗਾ। ਇਹ ਕੰਮ, ਇਹ ਗੱਲ ਮੈਂ ਇਸ ਲਈ ਤੁਹਾਨੂੰ ਦੱਸ ਰਿਹਾ, ਇਸ ਲਈ ਨਹੀਂ ਕਿ ਮੈਨੂੰ ਤੁਹਾਡੇ ਪੈਸੇ ਚਾਹੀਦੇ ਨੇ, ਇਸ ਲਈ ਦੱਸ ਰਿਹਾ ਵਾਂ ਕਿ ਤੁਸੀਂ ਬਰਕਤ ਪਾਓ। ਇਹ ਇੱਕ ਤਰੀਕਾ ਵੇ, ਦੀਆ ਕਰੋ ਤਾਂ ਕਿ ਤੁਮੇ ਵੀ ਦੀਆ ਜਾਏ।